ਭਾਣਾ ਬੜਾ ਦੁੱਖਦਾ ਹੀ ਹੈ, ਪਰਿਵਾਰ ਦਾ ਲੱਕ ਟੁੱਟ ਜਾਂਦਾ। ਭਾਣਾ ਹੱਸਾ ਹੈ ਜੋ ਕਿਵੇਂ ਗਿਆ ਸੀ, ਕੀ ਕਿੰਨੇ ਕੁ ਅਰੇਂਜ ਕਰਕੇ ਕਿਵੇਂ ਗਿਆ ਬਾਹਰ? ਦੇਖੋ ਜੀ, ਹਰ ਇੱਕ ਬੱਚਾ ਮਾਂ ਪਿਓ ਆਪਣਾ ਚੰਗੇ ਭਵਿੱਖ ਵਾਸਤੇ ਆਉਣ ਵਾਲੇ ਸਮੇਂ ਆ ਕੇ ਸੋਚ ਕੇ ਕਰਦਾ। 40 ਲੱਖ ਰੁਪਈਆ ਲਾ ਕੇ ਅਮਰੀਕਾ ਭੇਜਿਆ ਸੀ, 1.5 ਸਾਲ ਕਰੀਬ ਹੋਇਆ ਸੀ। ਪਹਿਲਾਂ ਤਾਂ ਦਿਹਾੜੀਆਂ ਲਾਉਂਦਾ ਸੀ, ਹੁਣ ਉਹਨੂੰ ਡਰਾਈਵਰੀ ਮਿਲੀ ਸੀ, ਸਿਰਫ ਹੁਣ 20-25 ਦਿਨ ਡਰਾਈਵਰੀ ਕੀਤੀ ਆ। ਮਹਾਰਾਜ ਦਾ ਭਾਣਾ ਵਾਪਰ ਗਿਆ, ਐਕਸੀਡੈਂਟ ਹੋ ਗਿਆ, ਐਕਸੀਡੈਂਟ 'ਚ ਉਹਨਾਂ ਦੀ ਮੌਤ ਹੋ ਗਈ। ਦੂਸਰਾ ਮੁੰਡਾ ਜਿਹੜਾ ਇਹੋ ਜਿਹੀ ਲੱਤ ਫ੍ਰੈਕਚਰ ਹੋ ਗਈ। ਪਿੱਛੇ ਪਰਿਵਾਰ 'ਚ ਕੌਣ ਕੌਣ? ਪਰਿਵਾਰ ਦੇ ਪਿੱਛੇ ਮਾਤਾ ਪਿਓ, ਬਜ਼ੁਰਗ, ਬੇਟਾ ਬੇਟੀ ਅਤੇ ਉਹਦੀ ਵਾਈਫ। ਹਾਂਜੀ, ਤੁਸੀਂ ਕੀ ਅਪੀਲ ਕਰਨਾ ਚਾਹੁੰਦੇ? ਜੇ ਤਾਂ ਇਹ ਉਹ ਕਰਦੇ ਹਾਂ ਕਿ ਮੁਕੇਸ਼ ਸਿੰਘ ਦੀ ਜਿਹੜੀ ਲਾਸ਼ ਆ, ਡੈੱਡ ਬੋਡੀ, ਉਹ ਪੰਜਾਬ ਭੇਜੀ ਜਾਵੇ, ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਵਰਤੋਂ ਦਾ ਮਾਲੀ ਮਾਲੀ ਤਾਂ ਉਹਦੀ ਕੀਤੀ ਜਾਵੇ ਕਿ ਪਰਿਵਾਰ ਆਪਣਾ ਸੁੱਖ ਦਾ ਸਾਹ ਲੈ ਸਕੀਏ। ਲਖਵਿੰਦਰ ਸਿੰਘ ਆਪਣੇ ਮੇਰੀ ਮਿਸੀ ਦਾ ਜੀ ਭੂਆ ਦਾ ਲੜਕਾ ਹੈ ਜੀ, ਸਾਲਾ ਸਾਹਿਬ ਹੀ ਲੜਦੇ ਆ। ਇਤਲਾਹ ਦੇ ਵਿੱਚ ਜੀ ਸਾਡੇ ਕੁਛ ਉੱਥੇ ਰਿਸ਼ਤੇਦਾਰ ਰਹਿੰਦੇ ਨੇ, ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਂਸੀਬਿਲਟੀ ਸਾਰੀ ਉਹਨਾਂ ਦੀ ਸੀ, ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਹੈ। ਜਦੋਂ ਇਹ ਘਟਨਾ ਵਾਪਰੀ ਹੈ ਅਤੇ ਉਹਨਾਂ ਨੂੰ ਮੈਸੇਜ ਆਇਆ ਜੀ, ਉਹਨਾਂ ਨੂੰ ਸੁਣਾ ਦਿੱਤਾ ਗਿਆ ਜੀ ਆ ਤੁਹਾਡਾ ਜਿਹੜਾ ਕਜ਼ਨ ਆ ਮਲਕੀਤ ਸਿੰਘ, ਉਹਨਾਂ ਦਾ ਐਕਸੀਡੈਂਟ ਹੋ ਗਿਆ, ਦੋ ਜਾਣੇ ਸੀ ਗੱਡੀ ਦੇ ਵਿੱਚ, ਇਹ ਲਾਗੇ ਲੰਮਾ ਪਿਆ ਸੀ, ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11-12 ਘੰਟੇ ਚਲਾ ਕੇ। ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਹੈ, ਪਹਿਲੀ ਵਾਰੀ ਉਦਣ ਬੈਠਾ, ਇਹ ਉੱਤੇ ਇਤਬਾਰ ਕਰ ਬੈਠਾ ਜੀ, ਪਰ ਇਹ ਗੱਡੀ ਚੰਗੀ ਚਲਾਉਂਦਾ ਹੋਊ। ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ, ਪਤਾ ਨਹੀਂ ਉਹਨੇ ਕੀ ਕੀਤਾ ਜੀ, ਪਤਾ ਨਹੀਂ ਉਹਨੇ ਫੋਨ ਵੇਖ ਲਿਆ ਕਿ ਪਤਾ ਨਹੀਂ ਉਹਨੇ ਅਣਗਹਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ, ਕੀ ਹੋ ਗਿਆ। ਉਹਨੇ ਉਹ ਗੱਡੀ ਫੁੱਟਪਾਥ 'ਤੇ ਉੱਥੇ ਚੜਾ ਦਿੱਤੀ ਜੀ, ਫੁੱਟਪਾਥ ਤੋਂ ਐਸੀ ਗੱਡੀ ਜਿਹੜੀ ਉਹ ਡਾਵਾਂ ਡੋਲ ਹੋ ਗਈ, ਬਾਅਦ ਦੇ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕੰਟੇਨਰ ਜਿਹੜਾ ਪਿਛਲਾ ਲੰਬਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ। ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਅਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰੋਂ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ, ਥੱਲੇ ਜਾ ਕੇ ਗੱਡੀ ਦਾ ਕੁਛ ਨਹੀਂ ਰਿਹਾ ਜੀ, ਟੁੱਟ ਕੇ ਚੱਕਣਾ ਚੂਰ ਹੋ ਗਈ। ਕਿੰਨੀ ਉਮਰ ਸੀ, ਕਿੰਨੇ ਦੇਰ ਪਹਿਲਾਂ ਗਏ ਸੀ? ਉਹਨਾਂ ਨੂੰ ਤਕਰੀਬਨ 1.5 ਸਾਲ ਹੋ ਗਿਆ ਜੀ ਵਿਚਾਰਿਆਂ ਨੂੰ, ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦਿਆਂ 2-4 ਮਹੀਨੇ ਜਿਹੜੇ ਉਹ ਰਾਹ 'ਚ ਲੰਘੇ, ਤਕਰੀਬਨ 1.5 ਸਾਲ ਹੋ ਗਿਆ। ਕਿੰਨਾ ਪੈਸਾ ਲਗਾ ਕੇ ਅਤੇ ਕਿਵੇਂ ਮੈਨੇਜ ਕਰਕੇ ਦਿਓ? ਮੈਨੇਜ ਬੜਾ ਔਖਾ ਜੀ, ਪਰਿਵਾਰ ਦਾ ਮਸਾਂ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਕਿ ਸਾਡਾ ਪੁੱਤ ਕਮਾਊਗਾ, ਸਾਡੇ ਧੋਣੇ ਧੋ ਦੂਗਾ। ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ, ਨਾ ਤਾਂ ਇਹਨਾਂ ਦੇ ਕੋਲ ਜ਼ਮੀਨ ਰਹੀ ਹੈ, ਨਾ ਕੁਛ ਇਹਨਾਂ ਕੋਲ, ਨਾ ਆਪਣਾ ਘਰ ਵੀ ਨਹੀਂ ਰਿਹਾ, ਉਹ ਵੇਚ ਕੇ ਕਰਜ਼ਾ ਵੀ ਚੁੱਕਿਆ, ਘਰ ਵੀ ਵੇਚਿਆ, ਬਹੁਤ ਜ਼ਿਆਦਾ ਤਕਰੀਬਨ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਗਈ ਹੈ। ਬਹੁਤ ਮਾੜਾ ਹਾਲ ਹੈ ਜੀ, ਉਹ ਵੀ ਵਿਚਾਰੇ ਇੱਦਾਂ ਦਵਾਈ ਬੂਟੀ ਚੱਲਦੀ ਹੈ ਜੀ, ਉਹਨਾਂ ਦੀ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ, ਉਹਨਾਂ ਦਾ ਵੀ ਕੋਈ ਹਾਲ ਨਹੀਂ, ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਣ ਦਾ ਜੀ, ਛੋਟੇ ਛੋਟੇ ਬੱਚੇ ਆ, 4 ਸਾਲ ਦਾ ਬੇਟਾ ਹੈ, 7 ਸਾਲ ਦੀ ਬੇਟੀ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮੈਸੇਜ ਆ ਉਹਨਾਂ ਦਾ ਉਹ ਕੋਈ ਹਾਲ ਨਹੀਂ ਜੀ, ਬਹੁਤ ਬੁਰਾ ਹਾਲ, ਉਹਨਾਂ ਨੂੰ ਕੁਛ ਨਹੀਂ ਦੀਦਾ ਅੱਗੇ ਪਿੱਛੇ ਉਹਨਾਂ ਨੂੰ।
ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਬਣਦਾ ਤੁਸੀਂ ਦੇਖ ਸਕਦੇ ਉਸ ਪਰਿਵਾਰ ਦੇ ਕੀ ਹਾਲਾਤ ਹੋ ਗਏ। 46 ਲੱਖ ਰੁਪਏ ਦੇ ਕਰੀਬ ਪੈਸੇ ਖਰਚ ਕੇ ਜਾਂਦਾ ਵਾ ਘਰ ਪਰ ਦੇਖ ਕੇ ਆਪਣਾ ਸਾਰਾ ਚਲਾ ਜਾਂਦਾ ਵਾ। इंडिया क्राइम न्यूज, जुर्म के खिलाफ जंग। आप देख रहे हैं इंडिया क्राइम न्यूज।